ਵਿਸ਼ਵਾਸ ਨਾਲ ਮੈਂ ਜਿਹੜਾ ਕਲਾਮ ਪੜ੍ਹ ਲਗਾਇਆ ਉਸੇ ਕਲਾਮ ਨੂੰ ਪਹਿਲੇ ਬੋਲਣਾ ਹੈ, ਕਿਉਂਕਿ ਜਿੱਦਾਂ ਤੁਸੀਂ ਕਲਾਮ ਬੋਲੋਗੇ ਉਦਾਂ ਹੀ ਕਲਾਮ ਦੀ ਸਾਮਰਥ ਵਚਨ ਦੀ ਸ਼ਕਤੀ ਤੁਹਾਡੇ ਅੰਦਰ ਜਾਏਗੀ ਤੇ ਜੋ ਤੁਸੀਂ ਕਹੋਗੇ ਉਦਾਂ ਹੀ ਹੋ ਜਾਏਗਾ। ਹਾਲੇਲੂਯਾ। ਵਿਸ਼ਵਾਸ ਨਾਲ ਬੋਲੋ। ਪਹਿਲੇ ਲੋਕਾਂ ਦੀ ਜੀ ਗੱਡੀਏ ਸਾਰੇ ਤੇਰਾ ਬਾਪ ਕੋਈ ਗਿਆਰਾਂ ਹੈ, ਕੋਈ ਵੀ ਪੜ੍ਹ ਸਕਦਾ ਹੈ। ਸੁਣੀਏ, ਮੈਂ ਤੁਹਾਨੂੰ ਲੋਕਾਂ ਦੀ ਜੀਵਨ ਤੇਰਾ ਬਾਪ ਉਹਦੇ ਗਿਆਰਾਂ ਹੈ ਮੈਂ ਪੜ੍ਹਦਾ। ਵੇਖੋ, ਇੱਕ ਤੀਵੀਂ ਸੀ ਜਿਹਨੂੰ 18 ਖੜੇ ਰਹੋ, ਕੁਛ ਗਿਰ ਤੇ ਲੈ ਜਾਓ। ਜਿੰਨੇ ਵੀ ਲੋਕ ਬਾਹਰ ਆਉਂਦੇ ਨੇ ਉਹਨਾਂ ਨੂੰ ਅੰਦਰ ਬਿਠਾਉਣ ਦੀ ਕੋਸ਼ਿਸ਼ ਕਰੀਏ, ਪਰ ਬਿਨਾਂ ਰੁਲੇ। ਪ੍ਰਿਆ ਤੂੰ ਬਾਹਰ ਬੈਠਾ ਬੇਟਾ, ਉਹ ਅੰਦਰ ਪਹਿਲਾਂ ਰਾਜ ਨਹੀਂ ਰਹੇ ਦੇਖੋ, ਪਰ ਜਿੱਦਣ ਬੜੀ ਖੁਸ਼ਹਾਲੀ ਹੈ। ਸਾਰੇ ਵਚਨ ਸੁਣੀਏ। ਦੇਖੋ, ਇੱਕ ਤੀਵੀਂ ਸੀ ਜਿਹਨੂੰ 18 ਵਰਿਆਂ ਤੋਂ ਮਾਂਦਗੀ ਦਾ ਆਤਮਾ ਚਮੜਿਆ ਹੋਇਆ ਸੀ ਅਤੇ ਉਹ ਕੁੱਬੀ ਹੈ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ। ਕਿਸੇ ਵੀ ਤਰ੍ਹਾਂ ਸਿੱਧੀ ਨਹੀਂ ਸੀ, ਕਿਸੇ ਵੀ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ। ਪਹਿਲੇ ਕਹਾਣੀ ਨੂੰ ਸੁਣ ਲਓ। ਇਹਦੇ ਚ ਇਸ ਤਰ੍ਹਾਂ ਲਿਖਿਆ ਕਿ ਪ੍ਰਭੂ ਯਿਸੂ ਜੀ ਇੱਕ ਪਵਿੱਤਰ ਸਭਾ ਦੇ ਵਿੱਚ, ਸਮਾਜ ਦੇ ਵਿੱਚ, ਇੱਕ ਮਸੀਹ ਸੰਗਤ ਦੇ ਵਿੱਚ, ਪ੍ਰਭੂ ਦੇ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਜੀ ਉਪਦੇਸ਼ ਦੇ ਰਹੇ ਸਨ ਅਤੇ ਉਸ ਸਭਾ ਦੇ ਵਿੱਚ ਇੱਕ ਔਰ ਮਸੀਹ ਇੱਧਰ ਦੇਖੀ ਹੁਣ ਮੇਰੇ ਬਾਰੇ ਮੈਂ ਤੇ ਆਖਣਾ ਚਾਹੁੰਦਾ ਮੈਂ ਤੁਹਾਨੂੰ ਛੇਤੀ ਸਮਝ ਆਏਗਾ। ਉਹ ਔਰਤ 18 ਸਾਲਾਂ ਤੋਂ ਬਿਮਾਰ ਸੀ। ਤੇ ਬੜੀ ਵਾਰ ਕਹਾਣੀ ਸੁਣੀ ਹੈ 12 ਸਾਲਾਂ ਵਾਲੀ ਔਰਤ ਦੀ, ਸੁਣੀ ਜਾਂ ਕਿ ਨਹੀਂ ਬੋਲੋ? ਕਿੰਨੇ ਸਾਲਾਂ ਵਾਲੀ ਸੁਣੀ? 12 ਸਾਲਾਂ ਤੋਂ। ਅੱਜ ਇਹ ਕਿਹੜੀ ਸੁਣਾ ਲੱਗੇ ਆ? 18 ਸਾਲਾਂ ਤੋਂ। ਕਿੰਨੇ ਸਾਲ ਵੱਧ ਗਏ ਬੋਲੋ? 12 ਤੇ 6, 18। 12 ਸਾਲ ਦੀ ਔਰਤ ਦੀ ਕਹਾਣੀ ਸਾਰਿਆਂ ਨੂੰ ਹੀ ਯਾਦ ਆ, ਪਰ ਅੱਜ 18 ਸਾਲ ਦੀ ਔਰਤ ਦੀ ਵੀ ਕਹਾਣੀ ਨੂੰ ਯਾਦ ਕਰਨਾ ਹੈ। ਜੇ ਤੁਹਾਨੂੰ ਇਤਰਾਜ ਨਾ ਹੋਵੇ ਚੰਗੇ।